ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿੱਦਾਂ ਸਾਰੇ, ਉਮੀਦ ਕਰਦੇ ਹਾਂ ਸਾਰੇ ਠੀਕ ਹੋਗੇ। ਆਪਾਂ ਆਪਣੇ ਘਰਾਂ ਦੇ ਵਿੱਚ ਹੱਸਦੇ ਵਾਸਤੇ ਅਤੇ ਰਾਜ਼ੀ ਖੁਸ਼ੀ ਹੋਗੇ ਜੀ। ਟਾਈਮ ਹੋ ਚੁੱਕਾ ਹੈ ਸਵੇਰ ਦਾ 9 ਵਜੇ ਦਾ, ਅਤੇ ਵਲੋਗ ਦੀ ਸ਼ੁਰੂਆਤ ਆਪਾਂ ਕਰ ਲਈ ਹੋਈ, ਅਤੇ ਇੰਨੇ ਕੱਪੜੇ ਲੱਤੇ ਦਾ ਖਲਾਰਾ ਵੇਖ ਕੇ ਤੁਸੀਂ ਸੋਚਦੇ ਹੋਗੇ ਕਿ ਇੰਨੇ ਕੱਪੜੇ ਕੱਢ ਕੇ ਇਹ ਕੀ ਕਰ ਰਹੇ ਨੇ। ਅਤੇ ਤੁਹਾਨੂੰ ਦੱਸ ਦਈਏ ਕਿ ਆ ਗਏ ਨੇ ਜਗਰੂਪ ਅਤੇ ਪ੍ਰਭ ਵਿਆਹ ਵੇਖ ਕੇ, ਅਤੇ ਉਹਨਾਂ ਦਾ ਜਦੋਂ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਕਿਤੇ ਵੀ ਟਰੈਵਲ ਕਰਕੇ ਆਈਏ ਅਤੇ ਜਿਹੜੇ ਕੱਪੜੇ ਹੁੰਦੇ ਆ ਉਹ ਤਾਂ ਆਉਂਦਿਆਂ ਹੀ ਜਿਹੜਾ ਖਲਾਰਾ ਪਾਉਣਾ ਪੈਂਦਾ ਹੈ ਕਿ ਉਹਨਾਂ ਦੇ ਜੋ ਛਾਂਡਾ ਸਟਾਈ ਜਦੋਂ, ਮਤਲਬ ਕਿ ਕੋਈ ਵੀ ਆਪਾਂ ਪੈਕਿੰਗ ਅਨਪੈਕ ਕਰਦੇ ਹਾਂ ਬਦਵਾਰਾਂ ਕਿਤੋਂ ਵੀ ਮਤਲਬ ਕਿਸੇ ਵੀ ਫੰਕਸ਼ਨ ਤੋਂ ਆ ਕੇ, ਅਤੇ ਉਹਦਾ ਖਲਾਰਾ ਤਾਂ ਇੱਦਾਂ ਹੀ ਹੁੰਦਾ ਹੈ ਕਿ ਵੀ ਕੱਪੜਿਆਂ ਦੀ ਛਾਂਡਾ ਸਟਾਈ ਕਰਨੀ ਪੈਂਦੀ ਹੈਗੀ, ਕਿਹੜੇ ਕੱਪੜੇ ਧੋਣ ਵਾਲੇ ਨੇ ਅਤੇ ਜੇ ਕਿਹੜੇ ਨਹੀਂ ਧੋਣ ਵਾਲੇ ਨੇ। ਅਤੇ ਇਹਦੇ ਵਿੱਚੋਂ ਮੈਨੂੰ ਬਹੁਤ ਹੀ ਸਾਰੇ ਕੱਪੜੇ ਧੋਣ, ਮਤਲਬ ਕਿ ਲਗਭਗ ਸਾਰੇ ਕੱਪੜੇ ਧੋਣ ਵਾਲੇ ਨਿਕਲੇ ਮਿਲੇ, ਅਤੇ ਸਿਰਫ ਇਹੋ ਥੋੜ੍ਹੇ ਜਿਹੇ ਕੱਪੜੇ ਸੀਗੇ ਜਿਹੜੇ ਕਿ ਮਤਲਬ ਕਿ ਇੱਕ ਫਸਟ ਟਾਈਮ ਹੀ ਵੇਅਰ ਕੀਤੇ ਸੀਗੇ, ਅਤੇ ਇਸ ਕਰਕੇ ਫਿਰ ਉਹਨਾਂ ਨੂੰ ਮੈਂ ਅਲੱਗ ਤੋਂ ਜੋੜ ਕੇ ਰੱਖਤਾ। ਇਹ 'ਚ ਸਿਰਫ ਪੱਗਾਂ ਹੀ ਸੀਗੀਆਂ ਜਿਹੜੀਆਂ ਜੋੜ ਕੇ ਰੱਖਣ ਵਾਲੀਆਂ ਸੀਗੀਆਂ, ਬਾਕੀ ਸਾਰੇ ਕੱਪੜੇ ਆਲਮੋਸਟ ਧੋਣ ਹੀ ਵਾਲੇ ਸੀਗੇ। ਅਤੇ ਇਹ ਵਾਸ਼ਿੰਗ ਮਸ਼ੀਨ ਖਰਾਬ ਹੋਣ ਦਾ ਕਰਕੇ ਅਤੇ ਇਹਨਾਂ ਨੂੰ ਮੈਂ ਇੱਕੇ ਸਾਈਡ 'ਤੇ ਗੰਢ ਬੰਨ ਕੇ ਪੂਰੀ ਦੀ ਪੰਡ ਬਣਾ ਲਈ, ਅਤੇ ਪੰਡ ਬਣਾ ਕੇ ਅਤੇ ਇਹਨਾਂ ਨੂੰ ਆਪਾਂ ਰੱਖ ਦੇਣ ਲੱਗੇ ਹਾਂ ਸਾਈਡ 'ਤੇ, ਕਿਉਂਕਿ ਜਦੋਂ ਵਾਸ਼ਿੰਗ ਮਸ਼ੀਨ ਹੋਵੇਗੀ ਸਹੀ ਅਤੇ ਫਿਰ ਆਪਾਂ ਜਿਹੜੇ ਕਿ ਕੱਪੜੇ ਧੋਣੇ ਸਟਾਰਟ ਕਰਾਂਗੇ। ਇੰਨੇ ਕੱਪੜੇ ਮੇਰੇ ਤੋਂ ਤਾਂ ਹੱਥ ਨਾਲ ਧੋਣੇ ਮੈਨੂੰ ਬਹੁਤ ਹੀ ਜ਼ਿਆਦਾ ਔਖੇ ਲੱਗ ਰਿਹਾ ਸੀ। ਹੁਣ ਬਸ ਮੈਂ ਕਲਾਰਾ ਸਾਹਮਣੇ ਕਰਕੇ ਇਹਨਾਂ ਨੂੰ ਇੱਕ ਸਾਈਡ 'ਤੇ ਰੱਖ ਰਹੀ ਹਾਂ, ਅਤੇ ਜਦੋਂ ਆਪਾਂ ਮਤਲਬ ਕਿ ਆਪਣੀ ਵਾਸ਼ਿੰਗ ਮਸ਼ੀਨ ਬਣਾ ਲਈ ਅਤੇ ਫਿਰ ਆਪਾਂ ਇਹਨਾਂ ਨੂੰ ਵਾਸ਼ ਕਰਾਂਗੇ।
ਇਸ ਟਾਈਮ ਹੋ ਗਿਆ 6 ਵਜੇ ਦਾ ਅਤੇ ਸਵੇਰ ਦਾ ਬਿਲਕੁਲ ਮਾਸਾ ਜਿੰਨਾ ਟਾਈਮ ਨਹੀਂ ਲੱਗਾ ਮੇਰਾ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਦਾ। ਅਤੇ ਸਭ ਤੋਂ ਪਹਿਲਾਂ ਜਿਹੜਾ ਕਿ ਸਵੇਰੇ ਤੁਹਾਨੂੰ ਮੈਂ ਦਿਖਾਇਆ ਕਿ ਕੱਪੜੇ ਕਿੰਨੇ ਸਾਰੇ ਜਿਹੜੇ ਸੀਗੇ ਉਹ ਕੱਢੇ, ਅਨਪੈਕ ਕੀਤੇ ਅਤੇ ਧੋਣ ਵਾਲੇ ਕੱਢ ਕੇ ਸਾਰੇ ਧੋਣ ਵਾਲੇ ਜੇ ਰੱਖੇ ਆ, ਧੋਤੇ ਨਹੀਂ ਆ ਕਿਉਂਕਿ ਆਪਣੀ ਹੋ ਗਈ ਆ ਵਾਸ਼ਿੰਗ ਮਸ਼ੀਨ ਖਰਾਬ। ਅਤੇ ਇਸ ਕਰਕੇ ਹੁਣ ਜਦੋਂ ਆਪਾਂ ਉਹ ਬਣਾਵਾਂਗੇ ਅਤੇ ਫਿਰ ਜਿਹੜੇ ਕਿ ਉਹ ਕੱਪੜੇ ਵਾਸ਼ ਹੋਣਗੇ। ਮੈਂ ਤਾਂ ਕਵਲ ਨੂੰ ਮੈਂ ਕਿਹਾ ਸੀਗਾ ਅਤੇ ਕਵਲ ਆਉਂਦੀ ਆ ਕਿ ਦੂਜਾ ਵਾਰੰਟੀ ਆਪਾਂ ਅੱਧੇ ਅੱਧੇ ਕਰਕੇ ਥੋੜ੍ਹੇ ਥੋੜ੍ਹੇ ਕਰਕੇ ਹੱਥ ਨਾਲ ਹੀ ਧੋ ਲਈਏ ਹੈਂ, ਤੇ ਪਰ ਇਹ ਕਿ ਹੱਥ ਨਾਲ ਫਿਰ ਆਪਾਂ ਸੁੱਕਣਗੇ ਕਦੋਂ? ਨਹੀਂ ਹੱਥ ਨਾਲ ਨਹੀਂ ਧੋਣੇ। ਕਿਉਂਕਿ ਚਲ ਧੁੱਪ ਲੱਗ ਤਾਂ ਜਾਂਦੀ ਆ, ਧੁੱਪਾਂ ਤਾਂ ਲੱਗਦੀਆਂ ਪਰ ਚੰਗੀ ਤਰ੍ਹਾਂ ਪਤਾ ਨਹੀਂ ਪਿਓ ਲੱਗੂ ਕਿ ਨਹੀਂ ਲੱਗੂਗੀ। ਧੁੱਪ ਲੱਗਣ ਦਾ ਕੋਈ ਚਾਂਸ ਹੈਗਾ ਜਾਂ ਨਹੀਂ ਹੈਗਾ ਇਸ ਦਾ ਨਹੀਂ ਪਤਾ ਹੁੰਦਾ। ਇਸ ਕਰਕੇ ਇਹ ਤੇ ਹੈਗੀ ਆ। ਫਿਰ ਮੈਂ ਵੈਸੇ ਤੇ ਅੱਜ ਥੋੜੇ ਜਿਹੜੇ ਕੱਪੜੇ ਵਾਸ਼ਿੰਗ ਮਸ਼ੀਨ ਦੇ ਵਿੱਚ ਪਏ ਸੀਗੇ, ਅਜੇ ਮੈਂ ਮਸ਼ੀਨ ਮਤਲਬ ਕਿ ਲਾਈ ਪਾਣੀ ਵਗੈਰਾ ਉਹਦੇ ਵਿੱਚ ਗਿਆ ਤੇ ਇੱਕਦਮ ਖੜਖੜ ਜਿਹੀ ਆਵਾਜ਼ ਆ ਗਈ ਤੇ ਮਸ਼ੀਨ ਬੰਦ ਹੋ ਗਈ, ਬੰਦ ਨਹੀਂ ਹੋਈ, ਮੈਂ ਆਪ ਹੀ ਕੀਤੀ। ਤੇ ਉਹਦਾ ਕਰਕੇ ਮੈਨੂੰ ਇਹ ਹੀ ਡਰ ਕਿ ਬਾਅਦ ਵਿੱਚ ਇਹ ਨਾ ਹੋਵੇ ਕਿ ਮਸ਼ੀਨ ਬਣਨਾ ਜ਼ਿਆਦਾ ਖਰਾਬ ਹੋ ਜਾਵੇ। ਤੇ ਫਿਰ ਉਹਨਾਂ ਨੂੰ ਕੱਪੜੇ ਜਦੋਂ ਮੈਂ ਕੱਢੇ ਤੇ ਐਂ ਠਰੇ ਕੱਪੜੇ ਧੋਤੇ, ਅੱਜ ਮੈਂ ਵਾਸ਼ਰੂਮ ਦੇ ਵਿੱਚ, ਮੈਨੂੰ ਇੰਨਾ ਸੱਚੀ ਠੰਡ ਲੱਗੀ ਕੋਈ ਹਿਸਾਬ ਹੀ ਨਹੀਂ, ਐਂ ਠਰਿਆ ਪਾਣੀ ਰਾਤ ਦਾ ਪਿਆ ਸੀ ਨਾ ਤੇ ਰਾਤ ਦੇ ਭਿੱਜੇ ਪਏ ਸੀ ਉਹਦੇ ਵਿੱਚ। ਤੇ ਜਗਰੂਪ ਤੇ ਪ੍ਰਭ ਗਏ ਆ ਤੇ ਜਿਹੜੇ ਕਿ ਤੁਹਾਨੂੰ ਸਵੇਰੇ ਕੱਪੜਿਆਂ ਤੋਂ ਪਤਾ ਲੱਗ ਗਿਆ ਹੋਣਾ, ਤੇ ਅੱਜ ਇਹਨਾਂ ਨੂੰ ਸਵੇਰ ਦੀ ਇੰਨੀ ਨੀਂਦ ਚੜੀ ਹੈ ਨਾ ਪਿਓ ਪੁੱਤਾਂ ਨੂੰ ਕਿ ਇਹਨਾਂ ਨੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਵਿਆਹ ਦੀ ਦੱਸੀ ਜਾਂ ਕੋਈ ਗੱਲਬਾਤ ਨਹੀਂ ਕੀਤੀ ਕਿ ਕਿੱਦਾਂ ਦਾ ਇਹਨਾਂ ਨੇ ਵਿਆਹ ਵੇਖਿਆ ਕੀ ਕੋਈ ਉੱਥੋਂ ਦੀ ਹੈ ਨਾ 100 ਗੱਲਬਾਤ ਕੁੜੀਆਂ ਕਿੰਨੀਆਂ ਇੱਕ ਦੂਜੇ ਨੂੰ ਦੱਸਦੀਆਂ, ਬੁੜੀਆਂ ਦੀਆਂ ਕਿੰਨੀਆਂ ਗੱਲਾਂ ਜੁੜ ਜਾਂਦੀਆਂ, ਤੁਹਾਡੀ ਕੋਈ ਨਹੀਂ ਜੁੜੀ। ਕਿਉਂ ਨੀ ਹੁੰਦੀ ਆਦਤ? ਹੁੰਦਾ ਨਾ ਕਿ ਹਾਂ ਉੱਥੇ ਇੱਦਾਂ ਕੀਤਾ, ਉੱਥੇ ਇੱਦਾਂ ਹੋਇਆ, 2-4 ਦਿਨ ਦੇ ਆਪਣੇ ਕੋਲ ਵਿਆਹ ਦੀਆਂ ਹੀ ਕਹਾਣੀਆਂ ਨੀ ਖਤਮ ਹੁੰਦੀਆਂ। ਤੇ ਤੁਹਾਡੇ ਤੋਂ ਇਹਨਾਂ ਨੂੰ ਤੇ ਬਸ ਨੀਂਦ ਹੀ ਚੜੀ ਜਾਂਦੀ, ਤੇ ਸਾਡੇ ਵਰਗੀਆਂ ਨੂੰ ਤੇ ਆਉਂਦਿਆਂ ਜੇ ਆਪਾਂ ਕਿਤੇ ਆਪਾਂ ਕਿਤੇ ਜਾਂਦੇ ਵੀ ਹਾਂ ਨਾ, ਆਪਾਂ ਕਿਸੇ ਵਿਆਹ ਸ਼ਾਦੀ ਤੇ ਜਾਂ ਕਿਤੇ ਵੀ ਹੈ ਨਾ, ਤੇ ਆਉਂਦਿਆਂ ਆਪਾਂ ਨੂੰ ਨੀਂਦ ਨੂੰਦ ਦੀ ਕੋਈ ਪਰਵਾਹ ਨੀ ਹੁੰਦੀ, ਆਪਾਂ ਨੂੰ ਇਹ ਹੁੰਦਾ ਕਿ ਸਾਡਾ ਹਾਏ ਹਾਏ ਇੰਨਾ ਕੰਮ ਜੁੜ ਗਿਆ, ਇੰਨੇ ਕੱਪੜੇ ਧੋਣ ਵਾਲੇ, ਇੰਨਾ ਘਰੇ। ਮੈਂ ਇਹ ਦੱਸਣ ਦੀ ਉਹ ਨਹੀਂ, ਕਿਉਂ ਨੀ ਗੱਲ ਕਰਨ ਦਿੰਦੀ, ਇੱਦਾਂ ਕਰੋ ਕਰੋ ਕਿੱਦਾਂ ਕਰਦੇ ਦੱਸੋ ਹੁਣ। ਲੈ ਜਗਰੂਪ ਹੋ ਗਏ ਗੁੱਸੇ, ਮੇਰੇ ਨਾਲ ਮੂੰਹ ਦੇ ਲਿਆ ਰਜਾਈ ਦੇ ਵਿੱਚ, ਮਹਾਂ ਰਜਾਈ ਚੋਂ ਮੂੰਹ ਕੱਢਿਆ ਸੀਗਾ ਤੇ ਮੈਂ ਆਪਣੀ ਗੱਲ ਕਰਨ ਦੀ ਆ। ਮੈਂ ਇਹ ਕਰਨ ਦੀ ਆ ਕਿ ਬੁੜੀਆਂ ਨੂੰ ਆਉਂਦਿਆਂ ਨੂੰ ਫਿਕਰ ਪੈ ਜਾਂਦਾ ਕਿ ਹਾਏ ਸਾਡੇ ਘਰੇ ਸਾਡੇ ਜਾਂਦਿਆਂ ਨੂੰ ਇੰਨਾ ਖਲਾਰਾ ਪਿਆ ਹੋਣਾ ਵਾ, ਖਲਾਰਾ ਵੇਖ ਕੇ ਨੀਂਦ ਉੱਡ ਜਾਂਦੀ ਆ ਹੈ। ਤੇ ਤੁਹਾਨੂੰ ਇਹ ਪਤਾ ਸੀ ਵੀ ਖਲਾਰਾ ਤੇ ਕੋਈ ਸਾਨੂੰ ਸਾਹਮਣਾ ਨੀ ਪੈਣਾ ਤੇ ਹੈ, ਤੇ ਬਸ ਅਸੀਂ ਆਪਦੀ ਨੀਂਦ ਪੂਰੀ ਕਰੀਏ। ਦੱਸੋ ਹੁਣ, ਬੋਲੋ ਬੋਲੋ, ਦੱਸੋ ਕੀ ਕਹਿਣਾ ਚਾਹੁੰਦੇ ਸੀ ਤੁਸੀਂ? ਲਓ ਜੀ ਇੱਧਰ ਆਉਂਦਿਆਂ ਹੋ ਗਏ ਗੁੱਸੇ। ਪਹਿਲਾਂ ਸੱਚ ਨਾ ਮੈਂ ਤੁਹਾਨੂੰ ਦੱਸਦੀ ਹਾਂ, ਅੱਜ ਸਵੇਰੇ ਸਵੇਰੇ ਨਾ ਮੈਨੂੰ ਗੁੱਸਾ ਚੜਾਇਆ ਹੈ, ਤੁਸੀਂ ਇੰਨੇ ਦਿਨਾਂ ਬਾਅਦ ਆਏ ਜੇ ਹਨਾ, ਵੀ ਮਤਲਬ ਕਿ ਮੈਂ ਇਹਨਾਂ ਨੇ ਨਾ ਮੈਨੂੰ ਕਿਹਾ ਫੋਨ ਕੀਤਾ ਕਿ ਇੱਥੇ ਲੈਣ ਵਾਸਤੇ ਸਾਨੂੰ ਕੋਈ ਮਤਲਬ ਕਿ ਕੋਈ ਰਿਕਸ਼ਾ ਕੁਛ ਨਹੀਂ ਮਿਲਦਾ ਪਿਆ ਤੇ ਸਾਨੂੰ ਨਾ ਕਿਹਨੂੰ ਭੇਜ ਦੇ। ਮੈਂ ਫੋਨ ਕੀਤਾ ਗਵਾਂਢੀਆਂ ਦੇ ਮੁੰਡੇ ਨੂੰ, ਉਹ ਵਿਚਾਰਾ ਉੱਠਿਆ ਚੇਚਾ, ਤੇ ਉਹਨੇ ਫਿਰ ਮੈਨੂੰ ਫੋਨ ਕੀਤਾ ਵੀ ਜਿੱਥੇ ਖਲੋਤੇ ਉਹਨਾਂ ਨੂੰ ਉੱਥੇ ਖਲੋਤੇ ਰਹਿਣ, ਤੇ ਅਸੀਂ ਬਸ ਆ ਗਏ। ਤੇ ਇਹਨਾਂ ਨੇ ਮੈਨੂੰ ਵਿੱਚੇ ਫੋਨ ਲਾਈ ਜਾਣ, ਮੈਂ ਉਹਦੇ ਨਾਲ ਗੱਲ ਕਰਾਂ ਕਿ ਤੁਹਾਡੇ ਨਾਲ ਕਰਾਂ ਪਹਿਲਾਂ ਦੱਸੋ। ਤੇ ਮੈਨੂੰ ਪੈ ਗਏ ਗਾੜੀਆਂ, ਮੈਨੂੰ ਨੇ ਮੇਰੇ ਨਾਲ ਪਹਿਲਾਂ ਗੱਲ ਕਰ ਲੈ, ਮੇਰਾ ਫੋਨ ਤੇ ਚੁੱਕਦੀ ਨਹੀਂ ਆ ਹੈ, ਦੱਸ ਤੇ ਫਿਰ ਕਹਿਣਾ ਨਹੀਂ ਕਿਉਂਕਿ
ਠੰਡ ਬਹੁਤ ਜ਼ਿਆਦਾ ਠੰਡ ਹੋਣ ਕਾਰਨ ਤੇ ਇੱਕ ਪੀਟੀ ਤੈਨੂੰ ਨਹੀਂ ਕੋਈ ਸੰਧਿਆ ਨਹੀਂ ਕੋਈ ਮਿਲ ਰਿਹਾ ਤੇ ਤੂੰ ਰਹਿਣ ਦੇ ਵੈਸੇ ਵੀ ਉੱਥੇ ਇੱਕ ਰਿਕਸ਼ਾ ਆ ਗਿਆ ਸੀ ਤੇ ਉਹਦਾ ਕਰਕੇ ਮੈਂ ਆਖਿਆ ਵੀ ਚੱਲ ਹੁਣ ਉਹਨਾਂ ਨੂੰ ਰਹਿਣ ਦੇ ਵੀ ਕਿਉਂ ਠੰਡ ਦੇ ਵਿੱਚ ਅਗਲੇ ਨੂੰ ਤਕਲੀਫ ਦੇਣੀ ਆ ਤੇ ਆਪਾਂ ਰਿਕਸ਼ਾ ਕਰ ਲਿਆ ਆਪਾਂ ਰਿਕਸ਼ੇ ਦੇ ਉੱਤੇ ਹੀ ਆ ਜਾਵਾਂਗੇ ਤੇ ਤੂੰ ਰਹਿਣ ਦੇ ਗੁੱਸੇ ਚ ਨੀ ਹੁਣ ਜਿਹੜੇ ਬੰਦੇ ਨੂੰ ਫੋਨ ਲਾਇਆ ਵਾ ਓਹਨੇ ਵਿਚਾਰੇ ਨੇ ਉਚੇਚਾ ਇੱਕ ਆਪਣੇ ਕਰਕੇ ਉੱਠਿਆ ਠੰਡ ਦੇ ਵਿਚ ਹੈ ਉੱਠ ਕੇ ਬਸ ਮੋਟਰਸਾਈਕਲ ਕੱਢਣ ਹੀ ਲੱਗਾ ਸੀਗਾ ਮੈਨੂੰ ਪਤਾ ਸੀਗਾ ਹੈ ਤੇ ਤੁਸੀਂ ਉੱਤੋਂ ਮੈਨੂੰ ਹੀ ਪਈ ਜਾਓ ਮੈਂ ਕਿਹਾ ਤਾਂ ਹੈਗਾ ਸੀ ਕਿ ਉਹ ਆਉਣ ਲੱਗਾ ਤੁਸੀਂ ਆਪਦਾ ਤੁਹਾਨੂੰ ਬਾਅਦ ਵਿੱਚ ਰਿਕਸ਼ਾ ਇਹਨਾਂ ਨੂੰ ਆਪਦਾ ਰਿਕਸ਼ਾ ਮਿਲ ਗਿਆ ਤੇ ਇਹਨਾਂ ਨੂੰ ਇਹ ਸੀਗਾ ਕਿ ਸਾਡੇ ਤੋਂ ਉਹਨੂੰ ਵਿਚਾਰੇ ਨੂੰ ਦੋ ਗੇੜੇ ਲਾਉਣੇ ਪਰ ਚਲੋ ਇਹਨਾਂ ਨੇ ਸੋਚਿਆ ਵੀ ਸਹੀ ਪਰ ਇਹ ਆ ਕਿ ਪਰ ਮੈਨੂੰ ਪੈਂਦਾ ਇਹਦੇ ਚ ਕੀ ਉਹ ਸੀਗਾ ਹੈ ਦੱਸੋ ਮੈਨੂੰ ਸੁਪਨਾ ਆਉਂਦਾ ਇਹਦਾ ਰਿਕਸ਼ਾ ਮਿਲ ਗਿਆ ਉੱਥੇ ਆਉਂਦੇ ਕੁੱਤੇ ਖਾਣੀ ਕਰਦੀ ਆਉਂਦੇ ਮੇਰੀ ਬਸ ਆਉਂਦੇ ਨਾ ਕੋਈ ਚਾਹ ਨਾ ਕੋਈ ਪਾਣੀ ਤੇ ਮੇਰੀ ਕੁੱਤੇ ਖਾਣੀ ਆਉਂਦੇ ਸਟਾਰਟ ਕਰਦੀ ਮਤਲਬ ਕਿ ਜਿਹੜਾ ਆਪਾਂ ਵੀਡੀਓ ਦੇ ਵਿੱਚ ਦੱਸਦੇ ਨਾ ਵੀ ਅੱਜ ਅਸੀਂ ਇੱਦਾਂ ਲੜੇ ਜਾਂ ਉੱਦਾਂ ਲੜੇ ਤੇ ਅੱਜ ਵਾਲੀ ਵੀਡੀਓ ਦਾ ਟਾਈਟਲ ਵੀ ਮੈਨੂੰ ਲੱਗਦਾ ਇਹੋ ਹੀ ਹੋਣ ਵਾਲਾ ਵਾ ਕਿ ਆਉਂਦੇ ਕੀਤੀ ਕੁੱਤੇ ਖਾਣੀ ਕੁੱਤੇ ਖਾਣੀ ਕੀ ਸੁਣੋਈ ਤਾਂ ਕੀ ਕਹਿੰਦੇ ਤੁਸੀਂ ਠੰਡਾ ਹੋ ਗਿਆ ਨਾ ਤੇ ਫਿਰ ਇਹਨੂੰ ਜਾ ਕੇ ਤੇ ਫਿਰ ਇਹਨੂੰ ਪਿਆਰ ਕੀਤਾ ਪ੍ਰਭ ਨੂੰ ਤੇ ਫਿਰ ਐ ਚੰਗੀ ਤਰ੍ਹਾਂ ਰੀਝ ਉਹਨੇ ਪਿਆਰ ਕਰਨ ਵਾਲੀ ਵੀ ਲਾਈ ਪਹਿਲਾਂ ਉਹਨੇ ਗੁੱਸੇ ਵਾਲੀ ਲਾਈ ਫਿਰ ਉਹਨੇ ਪਿਆਰ ਕਰਨ ਵਾਲੀ ਲਾਈ ਦੋਵੇਂ ਰੀਝਾਂ ਲਾਈਆਂ ਵਿਚਾਰੀ ਨੇ ਮੇਰੇ ਤੋਂ ਵੀ ਇੰਨਾ ਧਿਆਨ ਨੀ ਦਿੱਤਾ ਗਿਆ ਕਿਉਂਕਿ ਤਿੰਨ ਦਿਨ ਆਪਣੇ ਘਰ ਆ ਪ੍ਰੋਗਰਾਮ ਚੱਲਦਾ ਰਿਹਾ ਮੁੜ ਕੇ ਮੈਂ ਬਿਮਾਰ ਪੈ ਗਈ ਤੇ ਮੇਰੇ ਤੋਂ ਵਿਚਾਰੀ ਯਾਰ ਇੱਕ ਦਿਨ ਤੇ ਵਿਚਾਰੀ ਨੇ ਰੋਟੀ ਵੀ 4 ਵਜੇ ਖਾਧੀ ਸ਼ਾਮਾਂ ਨੂੰ ਹੋਰ ਉਹ ਕਿ ਜਿੱਦਣ ਮੈਨੂੰ ਮੈਂ ਠੀਕ ਨੀ ਹਾਂ ਮੁੜ ਕੇ ਪਹਿਲਾਂ ਉਹ ਆਈ ਦੂਜੀ ਸਾਂਚੀ ਆਈ ਤੇ ਉਹਨੇ ਰੋਟੀ ਪਾਈ ਇਹਨੂੰ ਤੇ ਇਹਨੇ ਉਹ ਵੀ ਚੰਗੀ ਤਰ੍ਹਾਂ ਖਾਧੀ ਨਾ ਤੇ ਕਵਲ ਆਈ ਤੇ ਮੈਂ ਰਸ ਮੰਗਵਾਏ ਸੀਗੇ ਫਿਰ ਮੈਂ ਕਵਲ ਨੂੰ ਮੈਂ ਇਹਨੂੰ ਦੁੱਧ 'ਚ ਰਸ ਪਾ ਦੇ ਫਿਰ ਇਹਨੇ 3-4 ਰਸ ਉਹ ਖਾਧੇ ਫਿਰ ਮੈਂ ਠੱਠੇ ਜਦੋਂ ਗਈ ਨਾ ਫਿਰ ਮੈਂ 3-4 ਉੱਥੇ ਜਾ ਕੇ ਨਾ ਇਹਨੂੰ 2 ਰੋਟੀਆਂ ਭਿਓ ਕੇ ਮਤਲਬ ਸਬਜ਼ੀ 'ਚ ਪਾ ਕੇ ਦਿੱਤੀਆਂ ਤੇ ਮਿੰਟੋ ਮਿੰਟ ਹੀ ਖਾ ਗਈ ਵਿਚਾਰੀ ਵੀ ਇੰਨੀ ਭੁੱਖ ਲੱਗੀ ਸੀ ਇਹਨੂੰ ਵਿਚਾਰੀ ਨੂੰ ਉਹਨੂੰ ਕੋਈ ਠੰਡ ਠੁੰਡ ਨੀ ਲੱਗਣ ਦੀ ਅੱਜ ਤੇ ਪ੍ਰਭ ਦੇ ਨਾਲ ਉਹਨੂੰ ਬਸ ਇਹ ਕਿ ਪ੍ਰਭ ਕਿਤੇ ਫੇਰ ਨਾ ਚੱਲ ਜੇ ਆ ਲੱਗਣ ਦੇ ਉਹਨੂੰ ਇਹ ਫੀਲ ਹੋ ਹੁੰਦਾ ਕਿ ਖਣੀ ਪ੍ਰਭ ਕਿਤੇ ਫੇਰ ਨਾ ਚੱਲ ਜੇ ਮੈਂ ਮਾੜਾ ਕਿਹੋ ਗੱਲ ਕਹਿ ਦੀ ਨਾ ਕਾਲੂ ਕਾਲੂ ਆਇਆ ਗੁੱਸੇ ਵਾਲੀ ਵੇਖਣਾ ਤੂੰ ਵੀ ਤੇਰੇ ਕਾਲੂ 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 ਲੈ ਇਹਨੂੰ ਜੈਲਸੀ ਬੜੀ ਫੀਲ ਹੁੰਦੀ ਵੇ ਕਿ ਉਸੇ ਵੀ ਕੁਰ 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 ਕਾਲੂ 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 ਕੁਰ 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 ਕਾਲੂ 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 ਕੁਰ 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 ਕਾਲੂ
ਕਾਲੂ ਕੁਰ 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 ਕਾਲੂ ਕੁਰ 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 ਚੱਲ ਆ ਜਾ ਫਿਰ ਅੰਦਰ ਚੱਲੀ ਆਇਆ ਪਹਿਲੀ ਵਾਰ ਬੰਨੀਆਂ ਸੀ ਉਹ ਮੈਂ ਜੋੜ ਕੇ ਰੱਖੀਆਂ ਬਾਕੀ ਸਾਰੇ ਹੀ ਕੱਪੜੇ ਜਿਹੜੇ ਧੋਣ ਵਾਲੇ ਆਹ ਮਸ਼ੀਨ ਵਿਖਾਏਗੇ ਆਹ ਦੇਖੋ ਮਸ਼ੀਨ ਸਾਡੀ ਦੇ ਵਿੱਚੋਂ ਨਾ ਉਹ ਇਹਦਾ ਪਤਾ ਨੀ ਕੀ ਗੋਲ ਟੂ ਜਿਹਾ ਵਿੱਚੋਂ ਏਦਾਂ ਲਾਗੇ ਨਾ ਫੜ ਇੰਨਾ ਜ਼ਿਆਦਾ ਉੱਪਰ ਕਰਕੇ ਦਿਖਾ ਆਹ ਜਿਹੜਾ ਇਹਦਾ ਗੋਲ ਟੂਜਾ ਇਹ ਟੁੱਟ ਗਿਆ ਵਾ ਤੇ ਇਹ ਹੁਣ ਮਸ਼ੀਨ ਵਾਲਾ ਆਪਣੇ ਇੱਥੇ ਫੁੱਲੀ ਆਟੋਮੈਟਿਕ ਮਸ਼ੀਨ ਬਣਾਉਣ ਵਾਸਤੇ ਕੋਈ ਸਾਨੂੰ ਮਕੈਨਿਕ ਨਹੀਂ ਮਿਲਦਾ ਪਿਆ ਤੇ ਹੁਣ ਉਹ ਸਾਨੂੰ ਜੇ ਮਿਲੂਗਾ ਜਦੋਂ ਤੇ ਨਹੀਂ ਤੇ ਅਸੀਂ ਸੈਮਸੰਗ ਦੇ ਆਫਿਸ ਇੱਥੇ ਹੈਗਾ ਤੇ ਹੈਗਾ ਹੀ ਨੰਬਰ ਡਿਟਰਜੈਂਟ ਆ ਸਬਜ਼ੀ ਆਪਣੀ ਬਣੀ ਆ ਆਟਾ ਗੁੰਨ ਕੇ ਬਸ ਮੈਂ ਫੁਲਕੀ ਬਣਾਉਣੀ ਦਾਲ ਬਣਾਈ ਸੀਗੀ ਆਪਾਂ ਸਵੇਰੇ ਜਰੂਰ ਬਣਾਉਂਦੇ ਆਉਂਦਾ ਕਰਕੇ ਕਿਉਂਕਿ ਮੈਨੂੰ ਇਹ ਸੀ ਕਿ ਇਹਨਾਂ ਨੇ ਨਾ ਤਲੀਆਂ ਚੀਜ਼ਾਂ ਤੇ ਅਨਹੈਲਥੀ ਜਿਹਾ ਖਾਧਾ ਵਾ ਤੇ ਅੱਜ ਕੁਛ ਮਤਲਬ ਕਿ ਲਾਈਟ ਜਿਹਾ ਹੋ ਜੇ ਇਹਨਾਂ ਦੇ ਆਉਣ ਪਹਿਲਾਂ ਵੈਸੇ ਮੇਰਾ ਪ੍ਰੋਗਰਾਮ ਸੀਗਾ ਕਿ ਮੈਂ ਆਲੂ ਵਾਲੇ ਪਰੌਂਠੇ ਬਣਾਵਾਂ ਤੇ ਆਲੂ ਵਾਲੇ ਪਰੌਂਠੇ ਜਿਹੜੇ ਆ ਉਹ ਮੈਂ ਕੈਂਸਲ ਕਰਕੇ ਫਿਰ ਮੈਂ ਦਾਲ ਦੇ ਨਾਲ ਇਹਨਾਂ ਨੂੰ ਰੋਟੀ ਬਣਾ ਕੇ ਦਿੱਤੀ ਗਾਇਸ ਹੁਣ ਆਪਾਂ ਬਣਾ ਲਈਏ ਡਿਨਰ ਤੇ ਬਸ ਇਹੀ ਸੀਗੀ ਅੱਜ ਦੀ ਆਪਣੀ ਵੀਡੀਓ ਤੇ ਕੱਲ ਨੂੰ ਆਪਾਂ ਮਿਲਾਂਗੇ ਫਿਰ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਫੋਰ ਵਾਚਿੰਗ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਕੇ ਜਾਇਓ ਬਾਏ।